ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਖੇਤੀਬਾੜੀ ਬਾਰੇ ਜਾਣਕਾਰੀ ਤੇ ਸੋ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਜੋ ਪੰਜਾਬ ਸਰਕਾਰ ਵੱਲੋਂ ਜੋ ਮਾਈਕਰੋ ਇਰੀਗੇਸ਼ਨ ਸਿਸਟਮ ਆ ਟੋਕਾ ਸਿੰਚਾਈ ਜਾਂ ਫਵਾਰਾ ਸਿੰਚਾਈ ਉਸ ਤੇ ਦਿੱਤੀ ਜਾਣ ਵਾਲੀ ਸਬਸਿਡੀ ਬਾਰੇ ਆ ਉਸ ਤੇ ਆਪਾਂ ਪੂਰੀ ਵੀਡੀਓ ਬਣਾਵਾਂਗੇ ਅੱਜ ਕਿ ਉਹਨਾਂ ਸਿਸਟਮਾਂ ਦੀ ਜੋ ਆਪਾਂ ਟੋਕਾ ਸਿੰਚਾਈ ਜਾਂ ਫਵਾਰਾ ਸਿੰਚਾਈ ਦੇ ਨਾਲ ਜੇਕਰ ਆਪਾਂ ਆਪਣੇ ਖੇਤਾਂ ਨੂੰ ਪਾਣੀ ਦਿੰਨੇ ਆ ਤਾਂ ਉਸ ਦਾ ਆਪਾਂ ਨੂੰ ਕੀ ਮਹੱਤਤਾ ਹੈ ਜਾਂ ਆਪਾਂ ਨੂੰ ਕੀ ਬੈਨੀਫਿਟ ਮਿਲਦਾ ਉਸ ਦਾ ਵੀਡੀਓ ਥੋੜੀ ਜੀ ਲੰਮੀ ਹੋਵੇਗੀ ਪਰ ਇਸ ਦੇ ਵਿੱਚ ਜਾਣਕਾਰੀ ਪੂਰੀ ਦਿੱਤੀ ਹੋਵੇਗੀ ਕਿ ਕੀ ਇਹ ਇਨ੍ਹਾਂ ਸਿਸਟਮਾਂ ਦੀ ਮੱਤਤਾ ਕੀ ਆਪਾਂ ਨੂੰ ਇਹ ਅਪਣਾਉਣੇ ਚਾਹੀਦੇ ਆ ਕਿਹੜਾ ਸਿਸਟਮ ਆਪਾਂ ਕਿਹੜੀਆਂ ਫਸਲਾਂ ਦੇ ਵਿੱਚ ਅਪਣਾ ਸਕਦੇ ਆ ਜੇਕਰ ਆਪਾਂ ਇਹਨਾਂ ਨੂੰ ਅਪਣਾਉਣਾ ਤੇ ਆਪਾਂ ਨੂੰ ਫਾਇਦਾ ਹੋਵੇਗਾ ਜਾਂ ਨੁਕਸਾਨ ਉਸ ਦੇ ਬਾਰੇ ਆਪਾਂ ਪੂਰੀ ਵਿਚਾਰ ਚਰਚਾ ਕਰਾਂਗੇ ਵਿਚ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਕਿਸਾਨ ਵੀਰੋਂ ਇੱਕ ਛੋਟੀ ਜੀ ਬੇਨਤੀ ਹੈ ਕਿ ਜਿੰਨਾ ਕਿਸਾਨ ਵੀਰਾਂ ਨੇ ਅਜੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਲੈਣ ਤਾ ਜੋ ਆਉਣ ਵਾਲੀਆਂ ਹੋਰ ਵੀਡੀਓ ਵੀ ਤੁਹਾਡੇ ਤੱਕ ਸਿੱਧੀਆਂ ਪਹੁੰਚਦੀਆਂ ਰਹਿਣ। ਸੋ ਕਿਸਾਨ ਵੀਰੋ ਵਿਚਾਰ ਚਰਚਾ ਸ਼ੁਰੂ ਕਰਦੇ ਆਂ ਪਹਿਲਾਂ ਆਪਾਂ ਗੱਲ ਕਰਦੇ ਆਂ ਜੋ ਟੁਪਕਾ ਸਿੰਚਾਈ ਆ ਉਸ ਦੀ ਮਹੱਤਤਾ ਬਾਰੇ। ਤਾਂ ਕਿਸਾਨ ਵੀਰੋ ਟੁਪਕਾ ਸਿੰਚਾਈ ਦੀ ਆਪਾਂ ਜੇ ਆਪਾਂ ਟੁਪਕਾ ਸਿੰਚਾਈ ਦੇ ਨਾਲ ਆਪਣੀਆਂ ਫਸਲਾਂ ਨੂੰ ਪਾਣੀ ਦਿੰਨੇ ਆ ਤਾਂ ਕਿਸਾਨ ਵੀਰੋ ਇਸ ਦੇ ਨਾਲ ਆਪਾਂ 80% ਤੋਂ ਲੈ ਕੇ 95% ਤੱਕ ਪਾਣੀ ਦੀ ਬਚਤ ਕਰ ਸਕਦੇ ਆਂ। ਜਿਹੜਾ ਪਾਣੀ ਆਪਾਂ ਜੇਕਰ ਸਿੱਧੇ ਤੌਰ ਤੇ ਜਿਵੇਂ ਆਪਾਂ ਕਨਵੈਨਸ਼ਨਲ ਤੌਰ ਤੇ ਪੁਰਾਣੇ ਰਵਾਜਾਂ ਦੇ ਅਨੁਸਾਰ ਆਪਦੇ ਫਸਲਾਂ ਦੇ ਵਿੱਚ ਦਿੰਨੇ ਆ ਜਿਵੇਂ ਸਿੱਧਾ ਪਾਣੀ ਖੋਲ ਦਿੰਨੇ ਆ ਉਸ ਦੇ ਕੰਪੇਅਰ ਆਪਾਂ ਗੱਲ ਕਰੀਏ ਜੇਕਰ ਉਸ ਦੇ ਨਾਲ ਆਪਾਂ ਕੰਪੇਅਰ ਕਰੀਏ ਤਾਂ ਡ੍ਰਿਪ ਇਰੀਗੇਸ਼ਨ ਸਿਸਟਮ ਨਾਲ ਆਪਾਂ ਉਸ ਦੇ ਨਾਲੋਂ 80 ਤੋਂ 95% ਤੱਕ ਪਾਣੀ ਦੀ ਬਚਤ ਕਰ ਸਕਦੇ ਆ ਤੇ ਅਗਲੀ ਗੱਲ ਹੈ ਕਿਸਾਨ ਵੀਰੋ ਇਸ ਦੇ ਨਾਲ ਆਪਾਂ ਜਿਹੜੇ ਫਰਟੀਲਾਈਜ਼ਰ ਵੀ ਪਾਉਣੇ ਆ ਜਿਵੇਂ ਯੂਰੀਆ ਹੋ ਗਿਆ ਜਾਂ ਹੋਰ ਫਰਟੀਲਾਈਜ਼ਰ ਜੇਕਰ ਆਪਾਂ ਡ੍ਰਿਪ ਇਰੀਗੇਸ਼ਨ ਦੇ ਥਰੂ ਫਰਟੀਗੇਸ਼ਨ ਦੇ ਥਰੂ ਇੱਕ ਘੋਲ ਬਣਾ ਕੇ ਪਾਈਪਾਂ ਦੇ ਨਾਲ ਪਾਉਣੇ ਆ ਇੱਕ ਤਾਂ ਆਪਾਂ ਨੂੰ ਫਰਟੀਲਾਈਜ਼ਰ ਦੀ ਡੋਜ਼ ਘੱਟ ਪਾਉਣੀ ਪੈਂਦੀ ਹੈ ਕਿਉਂਕਿ ਇਸ ਦੇ ਨਾਲ ਲੌਸਸ ਬਹੁਤ ਘੱਟ ਹੋ ਜਾਂਦੀ ਹੈ ਕਿਉਂਕਿ ਜੋ ਡ੍ਰਿਪ ਇਰੀਗੇਸ਼ਨ ਦੇ ਕੰਪੋਨੈਂਟ ਹੁੰਦੇ ਆ ਐਮੀਟਰਸ ਹੁੰਦੇ ਆ ਉਹ ਸਿਰਫ ਰੂਟ ਜ਼ੋਨ ਦੇ ਵਿੱਚ ਲੱਗੇ ਹੁੰਦੇ ਆ ਤਣੇ ਦੇ ਕੋਲੇ ਤੇ ਜਿੰਨੀ ਵੀ ਆਪਾਂ ਡੋਜ਼ ਪਾਉਣੀ ਆ ਉਹ ਸਿਰਫ ਦੀਆਂ ਸਿਰਫ ਬੂਟੇ ਦੀਆਂ ਜੜਾਂ ਦੇ ਵਿੱਚ ਹੀ ਪਹੁੰਚਣੀ ਆ ਪਰ ਜੇ ਆਪਾਂ ਬਰੌਡਕਾਸਟਿੰਗ ਦੀ ਗੱਲ ਕਰੀਏ ਜਦੋਂ ਆਪਾਂ ਛੱਟਾ ਦੇ ਕੇ ਪਾਉਣੇ ਆ ਤੇ ਜਿੱਥੇ ਬੂਟਾ ਨਹੀਂ ਵੀ ਹੁੰਦਾ ਉੱਥੇ ਵੀ ਫਰਟੀਲਾਈਜ਼ਰ ਦੇ ਦਾਣੇ ਡਿੱਗਦੇ ਆ ਜੋ ਕਿ ਕ੍ਰੌਪ ਪੂਰੀ ਤਰ੍ਹਾਂ ਯੂਜ਼ ਨਹੀਂ ਕਰ ਸਕਦੀ ਤੇ ਉਹਨਾਂ ਦਾ ਲੌਸ ਹੋ ਜਾਂਦਾ ਤੇ ਅਗਲੀ ਗੱਲ ਆ ਕਿਸਾਨ ਵੀਰੋ ਜਿਹੜੇ ਡ੍ਰਿਪ ਇਰੀਗੇਸ਼ਨ ਸਿਸਟਮ ਆ ਜਾਂ ਸਪ੍ਰਿੰਕਲਰ ਸਿਸਟਮ ਆ ਤੇ ਇਹਨਾਂ ਦੇ ਵਿੱਚ ਆਪਾਂ ਨੂੰ ਫੀਲਡ ਵੀ ਲੈਵਲ ਕਰਵਾਉਣ ਦੀ ਜ਼ਰੂਰਤ ਨਹੀਂ ਪੈਂਦੀ ਕਿਉਂਕਿ ਜਿੱਥੇ ਉੱਚੀਆਂ ਨੀਵੀਆਂ ਜ਼ਮੀਨਾਂ ਹੁੰਦੀਆਂ ਉੱਥੇ ਆਪਾਂ ਜੇਕਰ ਕਰਵਾਉਣੇ ਆ ਫੀਲਡ ਨੂੰ ਲੈਵਲ ਕਰਵਾਉਣੇ ਤਾਂ ਆਪਣਾ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਜਿੱਥੇ ਟਿੱਬਿਆਂ ਵਾਲੇ ਵਾਹਣਾਂ ਜਾਂ ਜ਼ਿਆਦਾ ਉੱਚਾ ਨੀਵਾ ਵਾਹਣਾਂ ਉੱਥੇ ਆਪਾਂ ਸਿੱਧੇ ਤੌਰ ਤੇ ਜਿਹੜਾ ਆਪਾਂ ਫਲੱਡ ਇਰੀਗੇਸ਼ਨ ਦਿੰਦੇ ਆ ਸਿੱਧਾ ਪਾਣੀ ਲਗਾਉਨੇ ਆ ਤੇ ਉੱਥੇ ਆਪਾਂ ਇਹ ਸਿਸਟਮ ਬਹੁਤ ਐਫੀਸ਼ੀਐਂਟਲੀ ਯੂਜ਼ ਕਰ ਸਕਦੇ ਆ ਇਹ ਉੱਚੇ ਨੀਵੇਂ ਵਾਹਣਾਂ ਦੇ ਵਿੱਚ ਵੀ ਬਹੁਤ ਐਫੀਸ਼ੀਐਂਟਲੀ ਘੱਟ ਪਾਣੀ ਦੇ ਨਾਲ ਉਨੀ ਹੀ ਪੈਦਾਵਾਰ ਆਪਾਂ ਨੂੰ ਦੇ ਸਕਦਾ ਤੇ ਕਿਸਾਨ ਵੀਰੋ ਅਗਲੀ ਗੱਲ ਆ ਕਿ ਜੋ ਪਾਣੀ ਆਪਾਂ ਦੇਣਾ ਫਸਲ ਨੂੰ ਉਸ ਦੇ ਨਾਲ ਫਸਲ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਦਾ ਇੱਕ ਤਾਂ ਜਦੋਂ ਆਪਾਂ ਫਲੱਡ ਇਰੀਗੇਸ਼ਨ ਦੇ ਨਾਲ ਪਾਣੀ ਦਿੰਨੇ ਆ ਤਾਂ ਜਿੱਥੇ ਥੋੜਾ ਬਹੁਤਾ ਨੀਵਾ ਹੁੰਦਾ ਜਾਂ ਮੂਹੇ ਦੇ ਕੋਲੇ ਜਦੋਂ ਆਪਾਂ ਪਾਣੀ ਦਿੰਨੇ ਆ ਤੇ ਜਿਹੜੇ ਮੂਹੇ ਦੇ ਕੋਲੇ ਬੂਟੇ ਹੁੰਦੇ ਆ ਉਹ ਤਕਰੀਬਨ ਕਮਜ਼ੋਰ ਰਹਿ ਜਾਂਦੇ ਆ ਕਿਉਂਕਿ ਉੱਥੋਂ ਦੀ ਪਾਣੀ ਦਾ ਵਹਾਅ ਤੇਜ਼ ਹੁੰਦਾ ਤੇ ਉਹ ਬੂਟੇ ਆਪਣੀ ਫਸਲ ਉਨੀ ਇੱਕ ਖਰਾਬ ਹੋ ਜਾਂਦੀ ਆ ਤੇ ਜੋ ਡ੍ਰਿਪ ਇਰੀਗੇਸ਼ਨ ਸਿਸਟਮ ਆ ਪਰ ਤੁਪਕਾ ਸਿੰਚਾਈ ਦੇ ਨਾਲ ਉੱਥੇ ਪਾਣੀ ਦਿੰਨੇ ਆ ਤਾਂ ਕੋਈ ਵੀ ਬੂਟਾ ਮਰਦਾ ਨਹੀਂ ਜਿੰਨੀ ਬੂਟੇ ਨੂੰ ਜ਼ਰੂਰਤ ਹੁੰਦੀ ਆ ਉਨਾ ਹੀ ਪਾਣੀ ਬੂਟੇ ਨੂੰ ਪਹੁੰਚਦਾ ਜਿਸ ਦੇ ਨਾਲ ਉਸ ਦੀ ਜ਼ਿਆਦਾ ਪੈਦਾਵਾਰ ਹੁੰਦੀ ਹੈ ਤੇ ਕੁਆਲਿਟੀ ਵੀ ਬਹੁਤ ਵਧੀਆ ਹੁੰਦੀ ਆ ਤੇ ਅਗਲੀ ਗੱਲ ਆ ਕਿਸਾਨ ਵੀਰੋ ਇਸ ਦੇ ਨਾਲ ਬੂਟੇ ਦਾ ਜੋ ਰੂਟ ਜ਼ੋਨ ਹੁੰਦਾ ਉੱਪਰੋਂ ਤਾਂ ਆਪਾਂ ਨੂੰ ਦੇਖਣ ਨੂੰ ਲੱਗੇਗਾ ਕਿ ਸੁੱਕਾ ਪਰ ਜੋ ਰੂਟ ਜ਼ੋਨ ਹੋਵੇਗਾ ਜਿੱਥੋਂ ਤੱਕ ਉਸ ਦੀਆਂ ਜੜ੍ਹਾਂ ਫੈਲੀਆਂ ਹੋਣਗੀਆਂ ਉੱਥੇ ਪਾਣੀ ਦੀ ਉਸ ਨੂੰ ਕੋਈ ਵੀ ਘਾਟ ਨਹੀਂ ਹੋਵੇਗੀ ਜਿਸ ਦੇ ਨਾਲ ਨਾ ਤਾਂ ਵਾਟਰ ਸਟ्रेस ਆਵੇਗਾ ਨਾ ਉਸ ਦਾ ਝਾੜ ਘਟੇਗਾ ਤੇ ਕਿਸਾਨ ਵੀਰੋ ਜਿਹੜੀ ਇਹ ਹੈਗੀ ਆ ਟੂਕਾ ਸਿੰਚਾਈ ਆ ਜਾਂ ਸਪ੍ਰਿੰਕਲਰ ਇਰੀਗੇਸ਼ਨ ਆ ਉਸ ਦੇ ਵਿੱਚ ਮਿੱਟੀ ਦੀ ਵੀ ਜੋ ਇਸ ਦੀਆਂ ਅਲੱਗ-ਅਲੱਗ ਕੈਟਾਗਰੀਜ਼ ਹੁੰਦੀਆਂ ਕਲਾਸਸ ਹੁੰਦੀਆਂ ਜਿਵੇਂ ਰੇਤਲੀਆਂ ਜ਼ਮੀਨਾਂ ਹੁੰਦੀਆਂ ਜਾਂ ਭਾਰੀਆਂ ਜਾਂ ਦਰਮਿਆਨੀਆਂ ਜ਼ਮੀਨਾਂ ਉਸ ਦੇ ਆਪ ਕੋਈ ਫਰਕ ਨਹੀਂ ਇਹ ਆਪਾਂ ਰੇਤਲੀਆਂ ਜ਼ਮੀਨਾਂ ਵਿੱਚ ਵੀ ਬਹੁਤ ਵਧੀਆ ਤਰੀਕੇ ਨਾਲ ਲਗਾ ਸਕਦੇ ਹਾਂ ਜੇ ਆਪਾਂ ਸਿੱਧੇ ਤੌਰ ਤੇ ਰੇਤਲੀਆਂ ਜ਼ਮੀਨਾਂ ਨੂੰ ਪਾਣੀ ਦੇਣਾ ਹੋਵੇ ਤਾਂ ਆਪਣਾ ਪਾਣੀ ਪੂਰਾ ਹੀ ਨਾ ਵੇ ਕਿਉਂਕਿ ਜਦੋਂ ਜਦੋਂ ਆਪਾਂ ਪਾਣੀ ਲਗਾਵਾਂਗੇ ਰੇਤਲੀ ਜ਼ਮੀਨ ਦੇ ਵਿੱਚ ਇੱਕ ਘੰਟੇ ਬਾਅਦ ਉਸਨੇ ਸੋਖ ਜਾਣਾ ਸਾਰੇ ਦਾ ਸਾਰਾ نیچے ਚੜੇ ਜਾਣਾ ਤੇ ਫਸਲ ਨੂੰ ਫਿਰ ਸੁੱਕੀ ਦੀ ਸੁੱਕੀ ਤੇ ਆਪਣਾ ਝਾੜ ਨਹੀਂ ਵਧੀਆ ਮਿਲਦਾ ਤੇ ਜਿੱਥੇ ਰੇਤਲੀਆਂ ਜ਼ਮੀਨਾਂ ਕਿਸਾਨ ਵੀਰੋ ਉੱਥੇ ਤੁਸੀਂ ਇਹ ਸਿਸਟਮ ਜ਼ਰੂਰ ਅਪਣਾਓ ਰੇਤਲੀਆਂ ਜ਼ਮੀਨਾਂ ਵਿੱਚ ਇਹ ਸਿਸਟਮ ਅਪਣਾਉਣ ਨਾਲ ਫਸਲ ਵੀ ਵਧੀਆ ਹੋਵੇਗੀ ਤੇ ਆਪਾਂ ਨੂੰ ਝਾੜ ਵੀ ਵਧੀਆ ਮਿਲੇਗਾ ਤੇ ਇੱਕ ਹੋਰ ਗੱਲ ਆ ਕਿਸਾਨ ਵੀਰੋ ਜਿਹੜੀ ਆਪਣੀ ਭੂਮੀ ਖੋਰ ਹੁੰਦਾ ਜਦੋਂ ਆਪਾਂ ਸਿੱਧਾ ਪਾਣੀ ਲਾਉਂਦੇ ਆ ਤੇ ਜਦੋਂ ਵਹਾਅ ਤੇਜ਼ ਹੁੰਦਾ ਉਹ ਉੱਪਰਲੀ ਮਿੱਟੀ ਦੀ ਪਰਤ ਨੂੰ ਲਾਗੇ ਲੈ ਜਾਂਦਾ ਤੇ ਉਹ ਜਿਸ ਦੇ ਨਾਲ ਭੂਮੀ ਖੋਰ ਹੁੰਦਾ ਤੇ ਆਪਣੇ ਜੋ ਮਿੱਟੀ ਆ ਉਹ ਵੀ ਖਰਾਬ ਹੋ ਜਾਂਦੀ ਹੈ ਵਾਹਣ ਵੀ ਖਰਾਬ ਹੋ ਜਾਂਦੇ ਆ ਪਰ ਜੇਕਰ ਆਪਾਂ ਡ੍ਰਿਪ ਇਰੀਗੇਸ਼ਨ ਜਾਂ ਸਪ੍ਰਿੰਕਲਰ ਇਰੀਗੇਸ਼ਨ ਲਗਾਵਾਂਗੇ ਤਾਂ ਇਸ ਦੇ ਨਾਲ ਆਪਾਂ ਪਾਣੀ ਜਿੰਨੀ ਲੋੜ ਹੁੰਦੀ ਆ ਉਨਾ ਹੀ ਲਗਾਉਣੇ ਆ ਜਿਸ ਦੇ ਨਾਲ ਸੋਇਲ ਅਰੋਜਨ ਬਹੁਤ ਘੱਟ ਹੁੰਦੀ ਆ ਕਿਸਾਨ ਵੀਰੋ ਅਗਲੀ ਗੱਲ ਆ ਜਦੋਂ ਨਦੀਨ ਆਪਾਂ ਸਿੱਧਾ ਪਾਣੀ ਲਗਾਉਨੇ ਆ ਤੇ ਉਸ ਦੇ ਨਾਲ ਨਦੀਨਾਂ ਦੀ ਸਮੱਸਿਆ ਵੀ ਜ਼ਿਆਦਾ ਹੁੰਦੀ ਆ ਜਦੋਂ ਮੱਕੀ ਬੀਜਦੇ ਆ ਕੰਨਾ ਬੀਜਦੇ ਆ ਨਰਮਾ ਬੀਜਦਿਆਂ ਜਾਂ ਹੋਰ ਦੂਰ ਦੂਰ ਬੀਜੀਆਂ ਜਾਣ ਵਾਲੀਆਂ ਜਿੰਨੀਆਂ ਵੀ ਫਸਲਾਂ ਤਾਂ ਉਹਨਾਂ ਦੇ ਵਿੱਚ ਜਿੰਨਾ ਫਾਸਲਾ ਵਿੱਚ ਰਹਿ ਜਾਂਦਾ ਰੋ ਤੋਂ ਰੋ ਜੋ ਕਤਾਰਾਂ ਦੇ ਵਿੱਚ ਫਾਸਲਾ ਹੁੰਦਾ ਉੱਥੇ ਬਹੁਤ ਜ਼ਿਆਦਾ ਨਦੀਨ ਹੋ ਜਾਂਦੇ ਜਿਨ੍ਹਾਂ ਨੂੰ ਕਾਬੂ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਪਰ ਜੇਕਰ ਆਪਾਂ ਡ੍ਰਿਪ ਇਰੀਗੇਸ਼ਨ ਇਹਨਾਂ ਫਸਲਾਂ ਦੇ ਵਿੱਚ ਲਗਾਉਣੀ ਆ ਤਾਂ ਪਾਣੀ ਦੀਆਂ ਜੋ ਪਾਈਪਾਂ ਹੋਣ ਸਿਰਫ ਵੱਟਾਂ ਤੇ ਹੋਣੀਆਂ ਜਾਂ ਕਤਾਰਾਂ ਦੇ ਨਾਲ-ਨਾਲ ਹੋਣੀਆਂ ਜਿੱਥੇ ਬੂਟੇ ਹੋਣਗੇ ਤੇ ਜੋ ਉਸ ਦੇ ਵਿਚਕਾਰ ਫਾਸਲਾ ਹੋਵੇਗਾ ਉੱਥੇ ਬਿਲਕੁਲ ਵੀ ਪਾਣੀ ਨਹੀਂ ਪਹੁੰਚੇਗਾ ਜੇ ਪਾਣੀ ਨਾ ਪਹੁੰਚੇਗਾ ਤਾਂ ਜੋ ਨਦੀਨਾਂ ਦੇ ਬੀਜ ਹੋਣਗੇ ਉਹ ਪੁੰਗਰ ਨਹੀਂ ਪਾਉਣਗੇ ਤੇ ਨਦੀਨਾਂ ਦੀ ਸਮੱਸਿਆ ਵੀ ਘੱਟ ਹੁੰਦੀ ਆ ਤੇ ਇੱਕ ਹੋਰ ਗੱਲ ਆ ਕਿ ਇਸ ਦੇ ਨਾਲ ਪਾਣੀ ਵੀ ਯੂਨੀਫਾਰਮਲੀ ਜਿੰਨਾ ਬੂਟੇ ਨੂੰ ਚਾਹੀਦਾ ਇੱਕਸਾਰ ਸਾਰੇ ਖੇਤ ਦੇ ਵਿੱਚ ਇੱਕੋ ਜਿਹਾ ਪਾਣੀ ਮਿਲੇਗਾ ਤੇ ਇਸ ਦੇ ਨਾਲ ਆਪਾਂ ਨੂੰ ਲੇਬਰ ਦੀ ਕੋਸਟ ਵੀ ਘੱਟ ਹੁੰਦੀ ਆ ਕਿਉਂਕਿ ਜਦੋਂ ਆਪਾਂ ਪਾਣੀ ਲਗਾਉਣਾ ਹੁੰਦਾ ਤਾਂ ਆਪਾਂ ਨੂੰ ਬੰਦਾ ਵੀ ਚਾਹੀਦਾ ਕਿ ਜਦੋਂ ਜ਼ਿਆਦਾ ਖੇਤ ਦੇ ਵਿੱਚ ਪਾਣੀ ਲਗਾਉਣਾ ਤਾਂ ਉਸ ਨੂੰ ਖੋਲਣਾ ਕਿਤੇ ਨੱਕਾ ਬੰਦ ਕਰਨਾ ਉਸ ਦੀ ਵੀ ਸਮੱਸਿਆ ਆਉਂਦੀ ਹੈ ਤੇ ਆਪਾਂ ਨੂੰ ਜ਼ਿਆਦਾ ਖਰਚਾ ਪੈ ਜਾਂਦਾ ਪਰ ਉਸ ਦੇ ਨਾਲ ਇਹਦੇ ਵਿੱਚ ਵਧੀਆ 게ਟਵਾਲ ਖੋਲੋ ਟਾਈਮ ਨੋਟ ਕਰੋ ਕਿ ਇੰਨੇ ਟਾਈਮ ਪਾਣੀ ਲਗਾਉਣਾ ਉਸ ਤੋਂ ਬਾਅਦ 게ਟਵਾਲ ਬੰਦ ਕਰ ਦਿਓ ਤੇ ਇਸ ਦੇ ਥਰੂ ਹੀ ਆਪਾਂ ਕਿਸਾਨ ਵੀਰੋਂ ਫਰਟੀਲਾਈਜ਼ਰ ਵੀ ਪਾ ਸਕਦੇ ਆ ਕੋਲ ਬਣਾ ਕੇ ਤੇ ਅਗਲੀ ਗੱਲ ਆ ਕਿ ਜਦੋਂ ਆਪਾਂ ਸਿੱਧੇ ਤੌਰ ਤੇ ਪਾਣੀ ਲਗਾਉਨੇ ਆ ਜਿਸ ਦੇ ਨਾਲ ਖੇਤ ਦੇ ਉੱਪਰਲੀ ਸਤ੍ਹਾ ਤੇ ਨਮੀ ਜ਼ਿਆਦਾ ਆ ਜਾਂਦੀ ਹੈ ਜਾਂ ਬੂਟੇ ਜਿਆਦਾ ਪਾਣੀ ਸੋਖ ਲੈਂਦੇ ਆ ਜਿਸ ਦੇ ਨਾਲ ਬੂਟਿਆਂ ਵਿੱਚ ਜਿਆਦਾ ਨਮੀ ਬਣਨ ਕਰਕੇ ਬਿਮਾਰੀਆਂ ਦਾ ਅਟੈਕ ਜਾਂ ਕੀੜੇ ਮਕੌੜਿਆਂ ਦਾ ਅਟੈਕ ਵੀ ਜਿਆਦਾ ਆਉਂਦਾ ਪਰ ਜੇ ਆਪਾਂ ਡ੍ਰਿਪ ਇਰੀਗੇਸ਼ਨ ਦਾ ਵਰਤੋਂ ਕਰਦੇ ਆ ਤੁਪਕਾ ਸਿੰਚਾਈ ਦੀ ਜਿਸ ਦੇ ਨਾਲ ਪਾਣੀ ਦੀ ਜਿਆਦਾ ਨਮੀ ਨਹੀਂ ਬਣਦੀ ਧਰਤੀ ਦੀ ਸਤ੍ਹਾ ਤੇ ਉੱਲੀਆਂ ਦਾ ਵੀ ਨਹੀਂ ਜਿਆਦਾ ਹਮਲਾ ਹੁੰਦਾ ਤੇ ਕੀੜੇ ਮਕੌੜਿਆਂ ਦਾ ਵੀ ਜਿਆਦਾ ਹਮਲਾ ਨਹੀਂ ਹੁੰਦਾ ਤਾਂ ਕਿਸਾਨ ਵੀਰੋ ਆਪਾਂ ਨੂੰ ਇਹ ਜ਼ਰੂਰ ਵਰਤਣਾ ਚਾਹੀਦਾ ਤੇ ਕਿਸਾਨ ਵੀਰੋ ਜਿਹੜੀ ਫੁਵਾੜਾ ਸਿੰਚਾਈ ਆ ਉਸ ਦੇ ਨਾਲ ਆਪਣਾ ਐਜ਼ ਕਮੇ ਕਨਵੈਨਸ਼ਨਲ ਜਿਹੜੇ ਆਪਾਂ ਹੁਣ ਤਰੀਕੇ ਵਰਤ ਰਹੇ ਆ ਉਸ ਦੇ ਨਾਲੋਂ ਆਪਾਂ 70% ਬਚਤ ਕਰ ਸਕਦੇ ਆ ਤੇ ਜਿਹੜੀ ਤੂਬਕਾ ਸਿੰਚਾਈ ਆ ਉਸ ਦੇ ਨਾਲ ਆਪਾਂ 80 ਤੋਂ ਲੈ ਕੇ 95% ਤੱਕ ਪਾਣੀ ਦੀ ਬਚਤ ਕਰ ਸਕਦੇ ਆ ਅਗਲੀ ਗੱਲ ਆ ਕਿਸਾਨੀ ਵੀਰੋ ਕਿ ਇਹ ਆਪਾਂ ਸਿਸਟਮ ਕਿਹੜੀਆਂ ਫਸਲਾਂ ਦੇ ਵਿੱਚ ਲਗਾ ਸਕਦੇ ਆ ਜਿਹੜਾ ਕਿਸਾਨ ਵੀਰੋ ਹੈ ਫੁਵਾੜਾ ਸਿੰਚਾਈ ਉਹਨਾਂ ਨੂੰ ਆਪਾਂ ਗੜੀਆਂ ਕਲੋਜ਼ ਗਰੋਇੰਗ ਕ੍ਰੋਸ ਹੁੰਦੀਆਂ ਨੇੜੇ-ਨੇੜੇ ਬੀਜਣ ਵਾਲੀਆਂ ਫਸਲਾਂ ਉਹਨਾਂ ਦੇ ਵਿੱਚ ਜਾਂ ਸਬਜ਼ੀਆਂ ਦੇ ਵਿੱਚ ਉਸ ਦੀ ਵਰਤੋਂ ਕਰ ਸਕਦੇ ਆ ਜਾਂ ਜਿੱਥੇ ਉੱਚੇ ਨੀਵੇਂ ਬਾਹਣ ਜਾਂ ਜਿੱਥੇ ਆਪਾਂ ਕਈ ਵਾਰ ਕਿਸਾਨ ਵੀਰਾਂ ਦੇ ਟਿੱਬੇ ਬਣਾਏ ਹੁੰਦੇ ਆ ਉੱਪਰਲੀ ਸਤ੍ਹਾ ਨੂੰ ਚੱਕ-ਚੱਕ ਕੇ ਜਿੱਥੇ ਲੂਣੀਆਂ ਜ਼ਮੀਨਾਂ ਹੁੰਦੀਆਂ ਤੇ ਉੱਥੇ ਆਪਾਂ ਕਈ ਵਾਰ ਸਪੈਦਾੇ ਲਗਾ ਦਿੰਦੇ ਆ ਤਾਂ ਉੱਥੇ ਪਾਣੀ ਦੇਣ ਦੀ ਸਮੱਸਿਆ ਬਹੁਤ ਆਉਂਦੀ ਆ ਉੱਥੇ ਆਪਾਂ ਸਪ੍ਰਿੰਕਲਰ ਇਰੀਗੇਸ਼ਨ ਬਹੁਤ ਵਧੀਆ ਤਰੀਕੇ ਨਾਲ ਜੋ ਫੁਵਾਹਰਾ ਸਿੰਚਾਈ ਆ ਦੇ ਸਕਦੇ ਆ ਤੇ ਜਿਹੜੀ ਡ੍ਰਿਪ ਇਰੀਗੇਸ਼ਨ ਸਿਸਟਮ ਆ ਕਿਸਾਨ ਵੀਰੋ ਇਹ ਆਪਾਂ ਯੂਜ਼ ਕਰਨੀ ਆ ਜਿੱਥੇ ਆ ਵਾਈਡ ਸਪੇਸਿੰਗ ਕ੍ਰੋਸ ਹੁੰਦੀਆਂ ਜਿੱਥੇ ਕਤਾਰਾਂ ਦਾ ਫਾਸਲਾ ਕਤਾਰ ਤੋਂ ਜ਼ਿਆਦਾ ਹੁੰਦਾ ਜਿਵੇਂ ਨਰਮਾ ਹੋ ਗਿਆ ਗੰਨਾ ਹੋ ਗਿਆ ਮੱਕੀ ਹੋ ਗਈ ਤੇ ਹੁਣ ਇਹ ਆਲੂਆਂ ਦੇ ਵਿੱਚ ਵੀ ਬਹੁਤ ਵਧੀਆ ਤਰੀਕੇ ਨਾਲ ਕਿਸਾਨ ਵੀਰ ਯੂਜ਼ ਕਰ ਰਹੇ ਆ ਜੀਰੇ ਦੇ ਵੱਲ ਤੁਸੀਂ ਵੇਖਿਆ ਹੋਣਾ ਉੱਥੇ ਰੋਡ ਦੇ ਉੱਤੇ ਕਿਸਾਨਾਂ ਵੱਲੋਂ ਡ੍ਰਿਪ ਇਰੀਗੇਸ਼ਨ ਸਿਸਟਮ ਲਗਾਇਆ ਗਿਆ ਤੇ ਬਾਗਾਂ ਦੇ ਵਿੱਚ ਵੀ ਆਪਾਂ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਯੂਜ਼ ਕਰ ਸਕਦੇ ਹਾਂ ਇੱਕ ਤਾਂ ਆਪਣੀ ਇਸ ਦੇ ਨਾਲ ਪਾਣੀ ਦੀ ਬਚਤ ਹੋਵੇਗੀ ਤੁਹਾਨੂੰ ਸਾਰੀਆਂ ਮਹੱਤਤਾ ਦੱਸ ਦਿੱਤੀਆਂ ਤੇ ਜਿੰਨੇ ਕਿਸਾਨ ਵੀਰਾਂ ਨੇ ਇਹ ਸਿਸਟਮ ਲਗਾਏ ਹੋਏ ਆ ਉਹ ਵੀ ਜ਼ਰੂਰ ਕਮੈਂਟ ਕਰਨ ਤੇ ਹੋਰ ਮਹੱਤਤਾ ਬਾਰੇ ਸਾਨੂੰ ਜਾਣਕਾਰੀ ਦੇਣ ਜਾਂ ਤਾਂ ਜੋ ਹੋਰ ਕਿਸਾਨਾਂ ਨੂੰ ਆਪਾਂ ਇਸ ਦੇ ਬਾਰੇ ਜਾਗਰੂਕ ਕਰ ਸਕੀਏ ਤੇ ਕਿਸਾਨ ਵੀਰੋ ਹੁਣ ਗੱਲ ਕਰਦੇ ਹਾਂ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਬਸਿਡੀ ਬਾਰੇ ਤਾਂ ਕਿਸਾਨ ਵੀਰੋ ਪੰਜਾਬ ਸਰਕਾਰ ਵੱਲੋਂ ਇੱਕ ਮਹਿੰਮ ਚਲਾਈ ਜਾ ਰਹੀ ਆ ਜਿਸ ਦੇ ਨਾਲ ਕਿ ਜੇਕਰ ਕਿਸਾਨ ਮਾਈਕਰੋ ਇਰੀਗੇਸ਼ਨ ਸਿਸਟਮ ਨੂੰ ਅਪਣਾਉਣਗੇ ਤਾਂ ਜਿਹੜੇ-ਜਿਹੜੇ ਕਿਸਾਨ ਫੁਆਰਾ ਜਾਂ ਤੁਪਕਾ ਸਿੰਚਾਈ ਸਿਸਟਮ ਅਪਣਾਉਣਗੇ ਉਹਨਾਂ ਨੂੰ 80% ਤੱਕ ਸਬਸਿਡੀ ਦਿੱਤੀ ਜਾਵੇਗੀ ਤੇ 80% ਕਿਸਾਨ ਵੀਰੋ ਸਾਰਿਆਂ ਨੂੰ ਵੱਡੇ ਛੋਟੇ ਜਿੰਨੇ ਵੀ ਹੋਣਗੇ ਹਰੇਕ ਨੂੰ ਮਿਲੇਗੀ ਪਰ ਜੇਕਰ ਇਹ ਸਿਸਟਮ ਔਰਤਾਂ ਅਨੁਸੂਚਿਤ ਜਾਤੀ ਜਾਂ ਛੋਟੇ ਕਿਸਾਨ ਜਿਨ੍ਹਾਂ ਕੋਲੇ 5 ਏਕੜ ਤੋਂ ਜ਼ਮੀਨ ਘਾਟਾ ਉਹ ਇਹ ਸਿਸਟਮ ਨੂੰ ਅਪਣਾਉਣਗੇ ਤਾਂ ਉਹਨਾਂ ਨੂੰ 10% ਵਾਧੂ ਸਬਸਿਡੀ ਦਿੱਤੀ ਜਾਵੇਗੀ ਜੇ ਜਿਹੜੀ 90% ਤੱਕ ਬਣ ਜਾਂਦੀ ਹੈ ਤੇ ਇਸ ਦੇ ਨਾਲ ਆਪਾਂ ਕਿਸਾਨ ਵੀਰੋ ਆਪਣੀ ਪੈਦਾਵਾਰ 30% ਤੱਕ ਵਧਾ ਸਕਦੇ ਹਾਂ ਤੇ 80% ਤੱਕ ਪਾਣੀ ਦੀ ਬਚਤ ਵੀ ਕਰ ਸਕਦੇ ਹਾਂ ਤੇ ਅਪਲਾਈ ਕਰਨ ਦਾ ਤਰੀਕਾ ਕਿਸਾਨ ਵੀਰੋ ਜੇਕਰ ਤੁਸੀਂ ਬਾਗਬਾਨੀ ਆ ਜੇ ਕਿਸੇ ਦੇ ਕਿਸਾਨਾਂ ਦੇ ਬਾਗ ਲਗਾਏ ਆ ਜਾਂ ਫੀਡ ਕ੍ਰੌਪਸ ਆ ਜਾਂ ਸਬਜ਼ੀਆਂ ਜਾਂ ਹੋਰ ਫਸਲਾਂ ਦੇ ਵਿੱਚ ਤੁਸੀਂ ਤੁਪਕਾ ਸਿੰਚਾਈ ਅਪਣਾਉਣਾ ਚਾਹੁੰਦੇ ਹੋ ਸਸ ਦੇ ਲਈ ਤੁਸੀਂ ਅਪਲਾਈ ਕਰਨ ਦੇ ਲਈ ਆਪਣੇ ਜ਼ਿਲ੍ਹਾ ਪੱਧਰੀ ਦਫ਼ਤਰਾਂ ਨਾਲ ਸੰਪਰਕ ਕਰ ਸਕਦੇ ਹੋ ਜਿਹੜੇ ਨੰਬਰ ਆ ਉਹ ਵੀਡੀਓ ਵਿੱਚ ਇੱਕ ਫੋਟੋ ਦੀ ਕਲਿੱਕ ਪਾ ਕੇ ਤੁਹਾਨੂੰ ਮੁਹੱਈਆ ਕਰਵਾਏਗਾ ਜਾਂ ਮਹਾਲੀ ਰੋਪੜ ਹੁਸ਼ਿਆਰਪੁਰ ਲੁਧਿਆਣਾ ਸਾਰੇ ਜ਼ਿਲ੍ਹਿਆਂ ਦੇ ਇਸ ਦੇ ਵਿੱਚ ਨੰਬਰ ਆ ਤੁਸੀਂ ਹੋਰ ਵਧੇਰੇ ਜਾਣਕਾਰੀ ਲਈ ਇਹਨਾਂ ਦੇ ਨਾਲ ਸੰਪਰਕ ਵੀ ਕਰ ਸਕਦੇ ਹੋ ਤੇ ਸਬਸਿਡੀ ਕਿਸਾਨ ਵੀਰੋ ਸਰਕਾਰ ਵੱਲੋਂ ਮੁਹੱਈਆ ਕਿਵੇਂ ਕਰਵਾਈ ਜਾਏਗੀ ਕਿਹੜੇ ਆਧਾਰ ਤੇ ਤਾਂ ਕਿਸਾਨ ਵੀਰੋ ਸਬਸਿਡੀ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਉੱਤੇ ਮੁਹੱਈਆ ਕਰਵਾਈ ਜਾਵੇਗੀ ਇਸ ਦਾ ਮਤਲਬ ਹੈ ਕਿ ਜਿਹੜੇ ਕਿਸਾਨ ਵੀਰ ਬਿਨੇ ਪੱਤਰ ਪਹਿਲਾਂ ਦੇ ਦੇਣਗੇ ਉਹਨਾਂ ਨੂੰ ਸਬਸਿਡੀ ਵੀ ਪਹਿਲਾਂ ਮਿਲ ਜਾਵੇਗੀ ਤੇ ਜਿਹੜੇ ਲੇਟ ਆਉਣਗੇ ਇਹ ਕੋਈ ਸਕੀਮ ਹੁੰਦੀ ਹੈ ਕਿ ਇੰਨੇ ਹੀ ਕਿਸਾਨਾਂ ਨੂੰ ਦੇਣੀ ਆ ਤੇ ਇਸ ਲਈ ਜੇਕਰ ਤੁਸੀਂ ਇਸ ਦੇ ਲਈ ਚਾਹਵਾਨ ਹੋ ਤਾਂ ਤੁਸੀਂ ਅੱਜ ਹੀ ਆਪਣਾ ਬਿਨੇ ਪੱਤਰ ਦੇਵੋ ਤਾਂ ਜੋ ਤੁਹਾਨੂੰ ਸਮਾਂ ਰਹਿੰਦੇ ਇਸ ਦੀ ਸਬਸਿਡੀ ਮਿਲ ਸਕੇ ਵਧੇਰੇ ਜਾਣਕਾਰੀ ਲਈ ਤੁਸੀਂ ਹੇਠਾਂ ਦਿੱਤੀਆਂ ਈਮੇਲ ਤੇ ਵੀ ਮੈਸੇਜ ਕਰਕੇ ਜਾਂ ਉਹਨਾਂ ਦੀ ਵੈਬਸਾਈਟ ਤੇ ਪਹੁੰਚ ਕੇ ਵੀ ਵਧੇਰੇ ਜਾਣਕਾਰੀ ਲੈ ਸਕਦੇ ਹੋ ਉਹ ਤੁਹਾਨੂੰ ਵੀਡੀਓ ਦੇ ਵਿੱਚ ਵੀ ਅ ਹਾਈਲਾਈਟ ਕਰਦਾਂਗੇ ਵੈਬਸਾਈਟਸ ਤੇ ਕਿਸਾਨ ਵੀਰ ਉਹ ਬੋਲ ਕੇ ਵੀ ਦੱਸ ਦਿੰਨੇ ਆ ਈਮੇਲ ਆ ਕਿਸਾਨ ਵੀਰ ਉਹ dswcpunjab@gmail.com ਤੇ ਵੈਬਸਾਈਟ dswcpunjab.gov.in ਤੇ ਤੁਸੀਂ ਵੱਧ ਤੋਂ ਵੱਧ ਇਸ ਜੋ ਸਕੀਮ ਦਾ ਫਾਇਦਾ ਲੋ ਤੇ ਕਿਸਾਨ ਵੀਰੋ ਜੋ ਜਿੰਨਾ ਵੀ ਖਰਚ ਆਵੇਗਾ ਉਸ ਦਾ 80 ਤੋਂ 90% ਸਰਕਾਰ ਵੱਲੋਂ ਦਿੱਤਾ ਜਾਵੇਗਾ ਤੇ ਸਿਰਫ 10% ਤੋਂ ਲੈ ਕੇ 20% ਤੱਕ ਹੀ ਤੁਹਾਨੂੰ ਦੇਣਾ ਪਵੇਗਾ ਵਧੀਆ ਸਕੀਮ ਆ ਇਸ ਦੀ ਮਤਤਾ ਬਾਰੇ ਵੀ ਤੁਹਾਨੂੰ ਦਿੱਤਾ ਦੱਸਿਆ ਜੇ ਜਾਣਕਾਰੀ ਵਧੀਆ ਲੱਗੀ ਹੋਵੇ ਲਾਈਕ ਐਂਡ ਸ਼ੇਅਰ ਜਰੂਰ ਕਰਿਓ ਤੇ ਹੋਰ ਕਿਸਾਨਾਂ ਨਾਲ ਵੀ ਸ਼ੇਅਰ ਕਰਿਓ ਤਾਂ ਜੋ ਉਹਨਾਂ ਨੂੰ ਵੀ ਫਾਇਦਾ ਮਿਲ ਸਕੇ ਤੇ ਜਿਹੜੇ ਨਵੇਂ ਕਿਸਾਨ ਵੀਰ ਜੁੜੇ ਹੋ ਆਪਣੇ ਚੈਨਲ ਵੀ ਜਰੂਰ ਸਬਸਕ੍ਰਾਈਬ ਕਰਨ ਤਾਂ ਜੋ ਆਉਣ ਵਾਲੀਆਂ ਹੋਰ ਵੀਡੀਓ ਵੀ ਤੁਹਾਡੇ ਤੱਕ ਸਿੱਧੀਆਂ ਪਹੁੰਚ ਸਕਣ